ਸੂਬੇ ਵਿੱਚ ਚੋਰੀਆਂ ਤਾਂ ਆਮ ਗੱਲ ਹੋ ਗਈ ਹੈ, ਪਰ ਧਾਰੀਵਾਲ ਸ਼ਹਿਰ ਦਾ ਤਾਂ ਕੁਝ ਜ਼ਿਆਦਾ ਹੀ ਬੁਰਾ ਹਾਲ ਹੈ। ਇੱਥੇ ਦੇ ਬੱਸ ਸਟੈਂਡ ਦੇ ਵਿੱਚ ਬਣੇ ਪਬਲਿਕ ਟੋਇਲਟ ਦੀਆਂ ਟੂਟੀਆਂ ਤੱਕ ਚੋਰ ਨਹੀਂ ਛੱਡਦੇ। ਮਜਬੂਰ ਹੋ ਕੇ ਨਗਰ ਕੌਂਸਲ ਕਰਮਚਾਰੀਆਂ ਨੂੰ ਟਾਇਲਟ ਨੂੰ ਵਾਰ ਵਾਰ ਤਾਲੇ ਲਗਾਉਣੇ ਪੈ ਜਾਂਦੇ ਹਨ। ਬੱਸ ਅੱਡਿਆਂ 'ਤੇ ਪਬਲਿਕ ਟੋਇਲਟ ਦੀ ਸਹੂਲਤ ਹੋਣਾ ਜ਼ਰੂਰੀ ਹੈ ਅਤੇ ਹਰ ਸ਼ਹਿਰ ਵਿੱਚ ਬੱਸ ਅੱਡਿਆਂ 'ਤੇ ਪਬਲਿਕ ਟੋਇਲਟ ਬਣੇ ਹੋਏ ਹਨ, ਜਿਨ੍ਹਾਂ ਦੀ ਸਾਫ਼ ਸਫਾਈ ਅਤੇ ਦੇਖ ਰੇਖ ਲਈ ਬਾਕਾਇਦਾ ਕਰਮਚਾਰੀ ਵੀ ਰੱਖੇ ਜਾਂਦੇ ਨੇ। ਪਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ। ਪਰ ਧਾਰੀਵਾਲ ਦੇ ਮੇਨ ਬੱਸ ਸਟੈਂਡ ਦੇ ਵਿੱਚ ਜੋ ਨਗਰ ਕੌਂਸਲ ਧਾਰੀਵਾਲ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਪਬਲਿਕ ਟੋਇਲਟ ਬਣਾਇਆ ਗਿਆ ਹੈ, ਉਸਦੇ ਬਾਹਰ ਹਮੇਸ਼ਾ ਤਾਲਾ ਹੀ ਲਟਕਦਾ ਨਜ਼ਰ ਆਉਂਦਾ ਹੈ। ਵਾਰ ਵਾਰ ਚੋਰਾਂ ਵੱਲੋਂ ਇਸ ਟੋਇਲਟ ਦੇ ਅੰਦਰ ਦੀਆਂ ਟੂਟੀਆਂ ਚੋਰੀ ਕੀਤੀਆਂ ਗਈਆਂ ਅਤੇ ਹੁਣ ਲੱਗਦਾ ਹੈ ਕਿ ਨਗਰ ਕੌਂਸਲ ਵਾਲੇ ਵੀ ਚੋਰਾਂ ਦੀਆਂ ਹਰਕਤਾਂ ਤੋਂ ਇੰਨੇ ਪਰੇਸ਼ਾਨ ਹੋ ਚੁੱਕੇ ਹਨ ਕਿ ਮਹੀਨਿਆਂ ਤੋਂ ਇਸ ਪਬਲਿਕ ਟੋਇਲਟ ਦਾ ਤਾਲਾ ਤੱਕ ਨਹੀਂ ਖੋਲ੍ਹਿਆ ਗਿਆ। ਮੈਂ ਗੁਰਨਾਮ ਸਿੰਘ, ਬਲਾਕ ਕਾਂਗਰਸ ਧਾਰੀਵਾਲ ਪ੍ਰਧਾਨ। ਅੱਜ ਕੁਝ ਲੋਕ ਸਮੱਸਿਆਵਾਂ ਦੇ ਕਰਕੇ ਆਪ ਜੀ ਦੇ ਮਾਧਿਅਮ ਰਾਹੀਂ ਸਰਕਾਰ ਦੇ ਕੰਨਾਂ ਤੱਕ ਕੁਝ ਗੱਲਾਂ ਪਹੁੰਚਾਉਣੀਆਂ ਚਾਹੁੰਦਾ ਸੀਗਾ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀਗੇ ਕਿ ਮੇਰੇ ਬਿਲਕੁਲ ਪਿਛਲੇ ਪਾਸੇ ਪਬਲਿਕ ਟੋਇਲਟ ਬਣਿਆ ਸੀਗਾ, ਔਰ ਜੋ ਕਿ ਪ੍ਰਤਾਪ ਸਿੰਘ ਬਾਜਵਾ ਦੇ MP ਲੈਂਡ ਫੰਡ ਵਿੱਚੋਂ ਬਣਿਆ ਸੀ। ਚਲੋ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ, ਲੇਕਿਨ ਇਹਦੀ ਸਾਫ਼ ਸਫਾਈ ਔਰ ਇਹਦੀ ਵਰਤੋਂ ਵਾਸਤੇ, ਇਹ ਲੋਕਾਂ ਵਾਸਤੇ ਸਹੂਲਤਾਂ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਸੀ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦਾ ਹਾਂ ਕਿ ਜੇ ਕੋਈ ਲੋਕਾਂ ਦੀ ਸਹੂਲਤ ਵਾਸਤੇ ਚੀਜ਼ ਬਣੀ ਆ ਤਾਂ ਉਹਨਾਂ ਨੂੰ ਲੋਕਾਂ ਦੇ ਅਰਪਣ ਕਰਨਾ ਚਾਹੀਦਾ ਸੀਗਾ, ਲੋਕ ਇਹਦੀ ਕੋਈ ਫਾਇਦਾ ਲੈਂਦੇ। ਔਰ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਪਿਛਲੇ ਪਾਸੇ ਉੱਥੇ ਤਾਲੇ ਵੱਜੇ ਹੋਏ ਨੇ, ਉਹ ਤੁਸੀਂ ਚੈੱਕ ਕਰ ਸਕਦੇ ਹੋ। ਆਓ ਮੈਂ ਤੁਹਾਨੂੰ ਦਿਖਾਉਂਦਾ ਕਿ ਇਹ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਸੀ, ਲੇਕਿਨ ਇੱਥੇ ਕਿਸੇ ਨੂੰ ਵੀ ਜਿਹੜਾ ਆਉਣ ਦੀ ਕੋਈ ਇਜਾਜ਼ਤ ਨਹੀਂ ਹੈ। ਇਹ ਤਾਲਾ ਵੱਜਾ ਆ, ਇੱਥੇ ਨਾ ਤਾਂ ਕੋਈ ਆ ਸਕਦਾ ਨਾ ਕੋਈ ਜਾ ਸਕਦਾ। ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਸੀ ਨਾ ਉਹ ਹੈਗੀ ਸੀਗੀ ਲੋਕਲ ਜਿਹੜੀ ਇੱਥੇ ਮਿਊਂਸੀਪਲ ਕਮੇਟੀ ਆ, ਸੋ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਵੀ ਮੌਜੂਦਾ ਸਰਕਾਰ ਦੇ ਨੇ। ਮੌਜੂਦਾ ਸਰਕਾਰ ਦੇ ਵਿੱਚ ਜਿਹੜੇ ਵੀ ਸਾਡੇ ਰੂਲਿੰਗ ਪਾਰਟੀ ਦੇ ਇੱਥੋਂ ਮੌਜੂਦਾ ਉਹਨਾਂ ਦੇ ਇੰਚਾਰਜ ਨੇ, ਉਹਨਾਂ ਨੂੰ ਚਾਹੀਦਾ ਸੀਗਾ ਵੀ ਇਹ ਲੋਕ ਅਰਪਣ ਕਰ ਦਿੰਦੇ, ਲੋਕ ਇਹਦਾ ਫਾਇਦਾ ਲੈਂਦੇ। ਜਿੱਥੇ ਅਸੀਂ ਖੜ੍ਹੇ ਹਾਂ, ਮੈਂ ਤੁਹਾਡੇ ਨਾਲ ਗੱਲ ਕਰਨ ਵਿੱਚ ਮੇਰੇ ਵਾਸਤੇ ਮੁਸ਼ਕਲ ਆ ਰਹੀ ਆ ਵੀ ਇੱਥੇ ਇੰਨੀ ਗੰਦਗੀ ਆ, ਔਰ ਇਹਦੇ ਆਲੇ ਦੁਆਲੇ ਜੋ ਵੀ ਸਾਡੇ ਭਰਾਵਾਂ ਨੇ ਰੇਹੜੀਆਂ ਲਾਤੀਆਂ, ਕਿਉਂਕਿ ਜਦੋਂ ਜਗ੍ਹਾ ਬੰਦ ਸੀ ਉਹਨਾਂ ਰੇਹੜੀਆਂ ਲਗਾਤੀਆਂ ਇੱਥੇ, ਜੇ ਖੁੱਲ੍ਹਾ ਹੁੰਦਾ ਤਾਂ ਲੋਕਾਂ ਦੇ ਕੰਮ ਆਉਣਾ ਸੀਗਾ। ਸੋ ਆਓ, ਮੇਰੇ ਬਿਲਕੁਲ ਪਿਛਲੇ ਪਾਸੇ ਬੱਸ ਸਟੈਂਡ ਬਣਿਆ ਸੀ, ਤੁਸੀਂ ਮੈਂ ਚਾਹਾਂਗਾ ਕਿ ਤੁਸੀਂ ਦਿਖਾਓ ਇੱਕ ਵਾਰੀ। ਉਹ ਬੱਸ ਸਟੈਂਡ ਦੇ ਵਿੱਚ ਕੁਰਸੀਆਂ ਲੱਗੀਆਂ ਸੀ ਔਰ ਉਹ ਸਰਕਾਰ ਨੇ ਆਪਣੇ ਲੋਕਾਂ ਦੀ ਸਹੂਲਤ ਵਾਸਤੇ ਸਰਦੀ ਦੇ ਵਿੱਚ ਖੜ੍ਹਨ ਵਾਸਤੇ, ਗਰਮੀ ਦੇ ਵਿੱਚ ਬਰਸਾਤ ਵਿੱਚ ਖੜ੍ਹਨ ਵਾਸਤੇ ਇੱਕ ਸ਼ੈੱਡ ਬਣਾਇਆ ਸੀਗਾ, ਔਰ ਮੈਂ ਚਾਹਾਂਗਾ ਕਿ ਤੁਸੀਂ ਉਹ ਜ਼ਰੂਰ ਇਹ ਦਿਖਾਓ ਕਿ ਉਹ ਸ਼ੈੱਡ ਦਾ ਵੀ ਇਸ ਵੇਲੇ ਕੀ ਹਾਲ ਹੈ। ਕੁਰਸੀਆਂ ਟੁੱਟ ਚੁੱਕੀਆਂ ਨੇ, ਉਹਦੀ ਕੋਈ ਵੀ ਮੁਰੰਮਤ ਨਹੀਂ ਹੈ, ਉਹਦੀ ਕੋਈ ਦੇਖਭਾਲ ਨਹੀਂ ਹੈ। ਇਸੇ ਤਰ੍ਹਾਂ ਹੀ
ਮੇਰੇ ਬਿਲਕੁਲ ਸੱਜੇ ਪਾਸੇ ਵੀ ਇੱਕ ਬਣਿਆ ਵਾ, ਉੱਥੇ ਵੀ ਜਿਹੜਾ ਕਬਜ਼ੇ ਹੋਏ ਪਏ ਨੇ, ਉੱਥੇ ਨਾ ਕੋਈ ਬੈਠ ਸਕਦਾ ਨਾ ਕੋਈ ਖਲੋ ਸਕਦਾ। ਸੋ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇਹਦੇ ਵੱਲ ਧਿਆਨ ਦੇਵੇ ਔਰ ਲੋਕਾਂ ਦੀ ਸਹੂਲਤ ਵਾਸਤੇ ਜੋ ਚੀਜ਼ਾਂ ਬਣੀਆਂ ਨੇ ਉਹ ਲੋਕਾਂ ਨੂੰ ਅਰਪਣ ਕੀਤੀਆਂ ਜਾਣ। ਥੈਂਕ ਯੂ। ਸਰਦਾਰੀ ਲਾਲ, ਸ਼ਹਿਰੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਧਾਰੀਵਾਲ। ਅਸੀਂ ਅੱਜ ਸਾਰੇ ਇਸ ਕਰਕੇ ਇੱਥੇ ਇਕੱਠੇ ਹੋਏ ਹਾਂ ਕਿ ਜਦੋਂ ਸਾਡੀ ਪਿਛਲੀ ਸਰਕਾਰ ਸੀਗੀ ਕਾਂਗਰਸ ਦੀ, ਇਹਨਾਂ ਨੇ ਆਪਣੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਬੜੇ ਆਪਣੇ ਯਤਨਾਂ ਸਦਕਾ ਪੈਸੇ ਲਿਆ ਕੇ ਅਤੇ ਆਹ ਬਾਥਰੂਮ ਜਿਹੜੇ ਸੀ ਨਗਰ ਕੌਂਸਲ ਦੀ ਆਦਤ 'ਚ ਚਾਲੂ ਕਰਵਾਏ ਸੀਗੇ ਅਤੇ ਉਹ ਲੋਕਾਂ ਨੂੰ ਬੜੀ ਸਹੂਲਤ ਸੀ। ਸਾਰੇ ਲੋਕ ਇੱਥੇ ਆਪਣੇ ਜੋ ਜਦੋਂ ਇੱਥੇ ਕੋਈ ਸਵਾਰੀ ਬੱਸ ਸਟੈਂਡ 'ਤੇ ਉਤਰਨਾ ਜਾਂ ਕਿਤੇ ਕਰਨਾ ਅਤੇ ਇੱਥੇ ਬਾਥਰੂਮ ਵਗੈਰਾ ਜਾਂਦੇ ਸੀਗੇ ਅਤੇ ਆਮ ਆਦਮੀ ਪਾਰਟੀ ਵਾਲੇ ਉਦੋਂ ਇਹ ਬਹੁਤ ਰੌਲਾ ਪਾਉਂਦੇ ਸੀ ਕਿ ਇੱਥੇ ਕੋਈ ਸਫਾਈ ਨਹੀਂ ਹੈ ਅਤੇ ਹੁਣ ਸਫਾਈ ਦੀ ਤਾਂ ਗੱਲ ਛੱਡੋ, ਇਹਨਾਂ ਨੇ ਬਾਥਰੂਮਾਂ ਨੂੰ ਬਿਲਕੁਲ ਤਾਲੇ ਲਾਤੇ ਹੋਏ ਆ, ਤਾਲੇ ਬਿਲਕੁਲ ਬੰਦ ਆ, ਲੋਕਾਂ ਨੂੰ ਇੱਥੇ ਬਹੁਤ ਤੰਗੀ ਆਉਂਦੀ ਆ। ਦੂਜੇ ਬੱਸ ਸਟੈਂਡ ਦੇ ਵਿੱਚ ਜਿਹੜੇ ਧਾਰੀਵਾਲ ਦਾ ਕੋਈ ਵੱਡਾ ਬੱਸ ਸਟੈਂਡ ਤਾਂ ਮੇਰੇ ਨਾਲ ਹੈ ਨਹੀਂ ਸੀ ਅਤੇ ਬਾਜਵਾ ਸਾਹਿਬ ਹੁਣਾਂ ਨੇ ਆਪਣੇ ਮਤਲਬ ਯਤਨਾਂ ਸਦਕਾ ਇੱਥੇ ਦੋ ਸ਼ੈੱਡਾਂ ਪਾ ਕੇ ਦਿੱਤੀਆਂ ਸੀਗੀਆਂ ਕਿ ਕਿਸੇ ਧੁੱਪ 'ਚ ਜਾਂ ਬਰਸਾਤ 'ਚ ਜਿਹੜੀ ਆਮ ਪਬਲਿਕ ਆ ਬੱਸ 'ਤੇ ਚੜ੍ਹਨ ਵਾਸਤੇ ਉੱਥੇ ਖੜ੍ਹੀ ਹੋ ਜਾਏਗੀ ਅਤੇ ਅੱਜ ਦੇ ਹਾਲਾਤ ਵੇਖ ਲਓ ਨਗਰ ਕੌਂਸਲ ਦੇ ਕਿ ਇਹਨਾਂ ਨੇ ਜਿਹੜੀਆਂ ਵੇਖੋ ਸਾਰੀਆਂ ਉਹਨਾਂ ਨੇ ਕਿਰਾਏ 'ਤੇ ਮਤਲਬ ਜਿੱਦਾਂ ਕਿਸੇ ਨੂੰ ਕਿਰਾਏ 'ਤੇ ਦਿੱਤੀਆਂ, ਸਭ ਨਜਾਇਜ਼ ਕਬਜ਼ੇ ਹੋਏ ਆ। ਟ੍ਰੈਫਿਕ ਦੀ ਐਡੀ ਵੱਡੀ ਸਮੱਸਿਆ, ਮੈਂ ਰਨੀ ਉਦੋਂ ਚੱਲ ਕੇ ਆਇਆ, ਮੈਨੂੰ ਇੱਥੋਂ ਬੱਸ ਸਟੈਂਡ 'ਚ ਆਉਣ ਲੱਗਿਆ ਗੱਡੀ 'ਚ ਘੱਟੋ ਘੱਟ 15-20 ਮਿੰਟ ਲੱਗੇ ਹੋਣੇ ਆ, ਮੇਰੇ ਨਾਲ ਪਰਮਵੀਰ ਨਾਲ ਮੇਰੇ ਬੈਠਾ ਸੀਗਾ। ਜਿੰਨੀਆਂ ਰੇੜੀਆਂ ਲੱਗੀਆਂ ਕੋਈ ਸੜਕ 'ਤੇ ਬਿਲਕੁਲ ਉੱਤੇ ਲੱਗੀਆਂ, ਤੁਸੀਂ ਰੇੜੀ ਵਾਲੇ ਪਾਸੇ ਕੈਮਰਾ ਮਾਰ ਕੇ ਵੇਖ ਲਓ ਬਿਲਕੁਲ ਸੜਕ ਦੇ ਉੱਤੇ ਆ। ਜੇ ਕੋਈ ਕਿਸੇ ਨੇ ਫਰੂਟ ਲੈਣਾ ਤਾਂ ਉਹਨੇ ਗੱਡੀ ਕਿੱਥੇ ਖਿਲਾਰਨੀ ਆ, ਕੋਈ ਥਾਂ ਨਹੀਂ ਹੈਗਾ। ਮੈਂ ਅਸੀਂ ਸਾਡੇ ਇਕੱਠੇ ਕਰਨ ਦਾ ਮਤਲਬ ਇਹ ਸੀ ਆ ਕਿ ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ, ਰੇੜੀਆਂ ਵਾਲਿਆਂ ਵਾਸਤੇ ਕੁਛ ਪੈਸੇ ਜਗ੍ਹਾ ਬਣਾਉਣੀ ਚਾਹੀਦੀ ਆ। ਇਹ ਗਰੀਬ ਲੋਕ ਨੇ, ਇਹਨਾਂ ਨੇ ਆਪਣੀ ਰੋਜ਼ੀ ਰੋਟੀ ਕਮਾਉਣੀ ਆ, ਇਹਨਾਂ ਵਾਸਤੇ ਕੋਈ ਵੱਖਰੀ ਮਤਲਬ ਪਬਲਿਕ ਸ਼ੈੱਡ ਬਣਾ ਕੇ ਦੇਣ ਕਿ ਇੱਥੇ ਬਹਿ ਕੇ ਆਪਣੀਆਂ ਰੇੜੀਆਂ ਫੜੀਆਂ ਲਾਉਣ, ਸਾਰੇ ਲੋਕ ਆਰਾਮ ਨਾਲ ਉੱਥੇ ਜਾਣ, ਪਾਰਕਿੰਗ ਦੀ ਸੁਵਿਧਾ ਹੋਵੇ। ਅਤੇ ਇਹ ਜਿਹੜੇ ਇੰਨੇ ਹਾਲਾਤ ਮਾੜੇ ਹੋਏ ਪਏ ਨੇ ਅਤੇ ਉਹਦੇ ਵਾਸਤੇ ਹੀ ਸਾਰੇ ਇੱਥੇ ਅੱਜ ਇਕੱਠੇ ਹੋਏ ਸੀਗੇ ਅਤੇ ਮੈਂ ਅੱਜ ਲਿਆਉਣਾ ਚਾਹੁੰਦਾ ਵਾਂ ਕਿ ਇਹਨਾਂ ਵੱਲ ਖਾਸ ਧਿਆਨ ਦਿਓ ਅਤੇ ਨਜਾਇਜ਼ ਕਬਜ਼ੇ ਹਟਾਓ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ। ਜੀਵ ਸੋਨੀ, 37 ਇੰਸਪੈਕਟਰ ਨਗਰ ਕੌਂਸਲ ਧਾਰੀਵਾਲ। ਇਹ ਜਿਹੜਾ ਬੱਸ ਸਟੈਂਡ 'ਚ ਪਬਲਿਕ ਬਾਥਰੂਮ ਦਾ ਇਸ਼ੂ ਮੇਰੇ ਧਿਆਨ ਵਿੱਚ ਆਇਆ ਵਾ, ਇਹ ਜਿਹੜਾ ਬੱਸ ਸਟੈਂਡ ਦੇ ਵਿੱਚ ਪਬਲਿਕ ਬਾਥਰੂਮ ਆ, ਇਹਦਾ ਅੰਦਰ ਦੀ ਰਿਪੇਅਰ, ਜਿਹੜੀ ਟਾਈਲਾਂ ਟੁੱਟ ਗਈਆਂ ਸੀ ਉਹਦਾ ਕੰਮ ਚੱਲਦਾ ਪਿਆ ਵਾ, ਉਸ ਕਰਕੇ ਬਾਥਰੂਮ ਬੰਦ ਕੀਤਾ ਗਿਆ ਥੋੜ੍ਹੇ ਦਿਨਾਂ ਲਈ। ਔਰ ਰਾਤ ਨੂੰ ਇੱਥੇ ਕਾਫੀ ਦਿਨਾਂ ਤੋਂ ਜਿਹੜੀਆਂ ਅੰਦਰ ਟੂਟੀਆਂ ਵਗੈਰੀਆਂ ਜਾਂ ਹੋਰ ਵੀ ਸਮਾਨ ਸੀ, ਸ਼ੀਸ਼ੇ ਵਗੈਰਾ, ਵਾਸ਼ ਸਟੇਸ਼ਨ, ਉਹ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਸੀ। ਸਿਰਫ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੋਕ ਲਗਾਇਆ ਜਾਂਦਾ, 5 ਵਜੇ ਸਵੇਰੇ ਸਾਡਾ ਸਫਾਈ ਕਰਮਚਾਰੀ ਆ ਕੇ ਇਹਨੂੰ ਖੋਲ੍ਹ ਦਿੰਦਾ ਅਤੇ ਨਾਲ ਸਫਾਈ ਕਰ ਦਿੰਦਾ ਵਾ। ਇਹਦਾ ਜਿਹੜਾ ਵਾ ਕੋਈ ਵੀ, ਇਸ ਕਰਕੇ ਇਹਨੂੰ 2-4 ਦਿਨ ਲਈ ਬੰਦ ਕੀਤਾ ਸੀ, ਜਲਦੀ ਖੋਲ੍ਹ ਦਿੱਤਾ ਜਾਵੇਗਾ।